ਫਿਰ ਕੋਰਟ ਲੁਟੇਰਿਆਂ ਨੂੰ ਚੋਰੀ ਕਰਨਾ ਉਸ ਵੇਲੇ ਭਾਰੀ ਪੈ ਗਿਆ ਜਦੋਂ ਤਿੰਨ ਲੁਟੇਰਿਆਂ ਨੇ ਡੇਰਾ ਬਿਆਸ ਤੋਂ ਆ ਰਹੇ ਤਿੰਨ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣਾ ਚਾਹਿਆ। ਦਰਅਸਲ ਜਦੋਂ ਲੁਟੇਰਿਆਂ ਨੇ ਸ਼ਰਧਾਲੂਆਂ ਨੂੰ ਘੇਰਿਆ ਤਾਂ ਸ਼ਰਧਾਲੂਆਂ ਨੂੰ ਉੱਥਾਂ ਪੈਰਾਂ ਦੀ ਪੈ ਗਈ ਤਾਂ ਉਹਨਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੰਨੇ ਵਿੱਚ ਉਹਨਾਂ ਦੇ ਨਾਲ ਪਹੁੰਚੇ ਸੰਗਤ ਥੋੜੀ ਦੂਰ ਹੀ ਖੜੀ ਸੋਵੀ ਭੱਜ ਕੇ ਉਹਨਾਂ ਦੇ ਕੋਲ ਆ ਗਈ ਤੇ ਉਹਨਾਂ ਸਾਰਿਆਂ ਨੇ ਬਹਾਦੁਰ ਦਿਖਾਉਣ ਦੇ ਲੁਟੇਰਿਆਂ ਨਾਲ ਹੱਥੋਂ ਪਾਈ ਕੀਤੀ ਜਿੱਥੇ ਚੱਲਦੇ ਤਿੰਨ ਲੁਟੇਰਿਆਂ 'ਚ ਦੋ ਭੱਜਣ 'ਚ ਕਾਮਯਾਬ ਹੋ ਗਏ। ਤਦਕਿ ਸੰਗਤ ਨੇ ਇੱਕ ਲੁਟੇਰੇ ਨੂੰ ਤੇਜ਼ ਦਾ ਹਥਿਆਰ ਸਮੇਤ ਮੋਟਰਸਾਈਕਲ ਕਾਬੂ ਕਰ ਲਿਆ। ਸਹਾਰਨਪੁਰ ਸੇਵਾ 'ਤੇ ਗਏ ਸੀ ਰਾਜ ਸਮੀ ਸਤ ਸਿੰਘ ਬਿਆਸ ਸਹਾਰਨਪੁਰ, ਅਤੇ ਉੱਥੋਂ ਅਸੀਂ 4:30 ਵਜੇ ਇੱਥੇ ਆਏ ਫਰੀਦਕੋਟ ਹੀ। ਇੱਥੋਂ ਅਸੀਂ ਪੈਦਲ ਘਨੱਈਆ ਚੌਕ ਵੱਲ ਜਾ ਰਹੇ ਸੀ ਅਤੇ ਤਿੰਨ ਲੁਟੇਰੇ ਸਾਨੂੰ ਲੁੱਟਣ ਪੈ ਗਏ। ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ, ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਉਹਨਾਂ ਕੋਲ ਖੰਡਾ ਸੀਗਾ ਇੱਕ ਬਹੁਤ ਵੱਡਾ, ਅਤੇ ਕੋਈ ਹੋਰ ਵੀ ਹਥਿਆਰ ਸੀਗੇ, ਇੱਕ ਮੋਟਰਸਾਈਕਲ ਸੀ ਉਹਨਾਂ ਕੋਲ, ਅਤੇ ਉਹ ਹਨੇਰੇ ਨਿਕਲੇ ਅਤੇ ਸਾਨੂੰ ਲੁੱਟਣ ਪੈ ਗਏ। ਸਾਨੂੰ ਜਾਨੋਂ ਵੀ ਮਾਰ ਸਕਦੇ ਸੀ ਉਹ, ਅਤੇ ਇੱਕ ਮਾਰਿਆ ਵੀ ਸਾਡੇ, ਉਹ ਸਾਨੂੰ ਕੁੱਟਣ ਲੱਗੇ ਅਤੇ ਅਸੀਂ ਚੀਕਾਂ ਮਾਰੀਆਂ ਅਤੇ ਇੱਥੇ ਕੋਈ ਵੀਰ ਖੜ੍ਹੇ ਸੀ ਸੇਵਾਦਾਰ, ਉਹ ਭੱਜ ਕੇ ਗਏ। ਉਹਨਾਂ ਨੇ ਸਾਨੂੰ ਛਡਾਇਆ ਅਤੇ ਇੱਕ ਦੋ ਜਣੇ ਭੱਜ ਗਏ, ਉਹਨਾਂ ਵਿੱਚੋਂ ਇੱਕ ਫੜ ਲਿਆ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਕਿ ਇੱਥੇ PCR ਸਿਕਿਉਰਿਟੀ ਲਾਈ ਜਾਵੇ। ਸਾਡੇ ਨਾਲ ਘਟਨਾ ਵਾਪਰੀ ਹੈ, ਉਹ ਕਿਸੇ ਹੋਰ ਗਰੀਬ ਨਾਲ ਨਾ ਵਾਪਰੀ। ਉਹਦੇ SHO ਨਾਲ ਜਦੋਂ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਇਹ ਜਦੋਂ ਸੇਵਾਦਾਰ ਵਾਪਸ ਆਪਣੇ ਪਿੰਡ ਜਾਣ ਲੱਗੇ ਤੇ ਇਹਨਾਂ ਨੂੰ ਉੱਥੇ ਤਿੰਨ ਲਟੇਰੇ ਪੈ ਗਏ ਜਿਨ੍ਹਾਂ ਕੋਲ ਬੜੇ ਤੇਜ਼ ਹਥਿਆਰ ਸੀ, ਕਿਰਪਾਨਾਂ ਤੇ ਡਾਂਗਾ ਸੋਟੀਆਂ ਨਾਲ ਸੀ। ਜਦੋਂ ਉਹਨਾਂ ਨੇ ਚੀਕਾਂ ਮਾਰੀਆਂ, ਅਸੀਂ ਸੁਣਿਆ, ਅਸੀਂ ਭੱਜ ਗਏ, ਸਾਰੇ ਸੇਵਾਦਾਰ ਉਹਨਾਂ ਕੋਲ ਪਹੁੰਚੇ ਤੇ ਉਹ ਸਾਨੂੰ ਵੀ ਹਥਿਆਰ ਲੈ ਕੇ ਅੱਗੋਂ ਸਮਾਂ ਕਿਰਪਾਨਾਂ ਲੈ ਕੇ ਪੈ ਗਏ। ਅਸੀਂ ਸਾਰੇ ਸੇਵਾਦਾਰਾਂ ਨੇ ਉਹਨਾਂ ਨੂੰ ਕਾਬੂ ਕੀਤਾ। ਜਦੋਂ ਉਹਨਾਂ 'ਚੋਂ ਦੋ ਜਿਹੜੇ ਸੀਗੇ ਲਟੇਰੇ ਭੱਜ ਚੁੱਕੇ ਸੀਗੇ, ਇੱਕ ਨੂੰ ਅਸੀਂ ਕਾਬੂ ਕਰ ਲਿਆ। ਅਸੀਂ ਪੁਲਿਸ ਨੂੰ ਇੱਥੇ ਰਿਪੋਰਟ ਕੀਤੀ ਅਤੇ ਪੁਲਿਸ ਵਾਲੇ ਇੱਥੋਂ ਦੇ ਮੁਖੀ ਆਏ, ਉਹਨਾਂ ਨੂੰ ਉਹ ਲੈ ਗਏ ਫੜ ਕੇ। ਅਤੇ ਲੁੱਟਮਾਰ ਇੱਥੇ ਹਰ ਰੋਜ਼ ਹੀ ਹੁੰਦੀ ਰਹਿੰਦੀ ਹੈ, ਇਸ ਕਰਕੇ ਇੱਥੇ ਗਸ ਵਧਾਈ ਜਾਵੇ। ਇਸ ਸਭ ਤੋਂ ਬਾਅਦ ਇਹਨਾਂ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਚਾਹੇ ਪੁਲਿਸ ਹੁਣ ਕੁਝ ਵੀ ਨਾ ਕਰੇ ਪਰ ਆਪਣੀ ਸੁਰੱਖਿਆ ਖੁਦ ਕਰ ਸਕਦੇ ਨੇ ਤੇ ਚੋਰਾਂ ਨੂੰ ਵੀ ਕਾਬੂ ਕਰ ਸਕਦੇ ਨੇ। ਫਰੀਦਕੋਟ ਤੋਂ ਡਿੰਪੀ ਸੰਧੂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।